ਉਹਨੇ ਕਿਤੇ ਗਵਾਂਢੀਆਂ ਦਾ ਫੋਨ ਫੜ ਕੇ ਜਾਂ ਕਿਦਾਂ ਫੋਨ ਫੜ ਕੇ ਮੈਨੂੰ ਨਹੀਂ ਪਤਾ ਵੀ ਕਿ ਤੁਹਾਡਾ ਮੁੰਡਾ ਰਾਤ ਦਾ ਹੀ ਸੁਸਾਈਡ ਕਰਨ ਦੀ ਕੋਸ਼ਿਸ਼ ਕਰਦਾ ਪਿਆ ਤੇ ਇਹਨੂੰ ਆ ਕੇ ਬਚਾਲੋ ਤੇ ਜਦੋਂ ਕਿ ਪੂਰਾ ਹੋ ਚੁੱਕਿਆ ਸੀ ਉਦੋਂ ਫੋਨ ਕੀਤਾ ਸਰਨਜੀਤ ਕੌਰ ਨਾਲ ਉਹਦਾ ਸਬੰਧ ਸੀਗੇ ਤੇ ਉਹਦੇ ਨਾਲ ਉਹ ਰਹਿ ਰਿਹਾ ਸੀ ਪਰ ਉਹ ਲੜਕੀ ਉਹਨੂੰ ਬਾਰ ਬਾਰ ਤੰਗ ਫੋਨ ਕਰਦੀ ਸੀ ਉਹ ਕਹਿੰਦੀ ਸੀ ਮੇਰੇ ਨਾਲ ਹੀ ਪੱਕਾ ਰਹਿ ਆ ਵੇਖੋ ਇੱਕ ਗਲਾਸ ਖਾ ਲਿਆ ਚਲ ਇੱਕ ਉਹ ਭਰਿਆ कोई निशान ही नहीं आते पखा सत श्री अकाल जी मेरा नाम जी सनी सिंह आ ते मेरे जीजा जी का मर्डर होया वा आ मेरी भैन आ ते जिन्हां दा 5-6 साल तो बाहर फेर चलन दिया है 2013 च मैरिज होई है इन्हां दी ते जदों तो मैरिज होई 2 साल ही रहे आ ठीक ते बाद ते सारी उम्र किन्ने चिर सालां दा दुख ही झलन दे ही ते आ 15 दिन हो चले ही जीजा जी वापस आ गए ही घरे ते आ परसों दी गल आ फिर वह जनानी ने कितने फोन करके पनी की क्या उन्हूं किदां नहीं उत्थे बुलाया कि किसे साजिश के तहत बुलाया जां किदां करके ते सवेरे बाद इन्हां नूं फोन किया उन्हें कितने गवांढ़ियों का फोन फड़ के जां किदां फोन फड़ के मैनूं नहीं पता भी कि तुहाडा मुंडा रात का ही सुसाइड करने की कोशिश करता पाया तो इनू आके बचालो तो जदों की पूरा हो चुकिया ही उदों फोन किया तो जदों फिर उत्थे बाहर रौला पिया उत्थे लोगों ने उन्हें जनानी नू फड़ लिया उत्थे कि लोगों को तो पता ही लग गया बन्ने उन्होंने तो फड़ लिया जदों उत्थे पुलिस गई आ तो उन्होंने कहती कि सुसाइड करने की कोशिश कर दिया तो पुलिस वाले ने जो उत्थे जाके वेख्या कि सुसाइड के कोई निशान नहीं गए उन्होंने पता लगा कि मर्डर है तो यू जनानी नाल चुक के लै आए तो एक कल्ली जनानी नहीं ही नाल दा भरा हैगा ही इहदा प्यो तो 2 मुंडे होर है एक मुंडा बाहरों आया कनेडा तो ਤੇ ਜਿੱਦਾਂ ਇਹ ਰਾਤੀ ਇਹਨਾਂ ਦੇ ਚੌਂਕੀ ਵਿੱਚ ਇਹਨਾਂ ਵੱਲੋਂ ਬੰਦੇ ਆਏ ਸੀ ਕੁਝ ਜਿਹਦਾ ਉਹ ਨਾਂ ਲੈ ਰਹੇ ਸੀ ਬਾਹਰ ਅਤੇ ਸ਼ਾਮੀ ਅਸੀਂ ਖੁਦ ਅੱਖੀ ਵੇਖਿਆ ਇਹ ਕੁੜੀ ਨੂੰ ਉੱਥੇ ਚੌਂਕੀ ਵਿੱਚ ਜਿਹੜੀ ਚੌਂਕੀ ਜਿੱਥੇ ਆਪਾਂ ਰਿਪੋਰਟ ਦਰਜ ਕੀਤੀ ਸੀ ਉੱਥੇ ਇਹਨਾਂ ਨੇ ਵੀਰਾਂ ਮੰਗਾਈਆਂ ਕੁੜੀ ਵਾਲਿਆਂ ਵੱਲੋਂ ਜਿਹੜੇ ਪੈਰਵੀ ਕਰਨ ਆਏ ਸੀ ਅਤੇ ਜਦੋਂ ਅਸੀਂ ਸਵੇਰੇ ਪੁੱਛਿਆ ਕਿ ਤੁਸੀਂ ਰਾਤ ਨੂੰ ਕਿਉਂ ਉੱਥੇ ਕੁੜੀ ਨੂੰ ਬੁਲਾਇਆ ਸੀ ਤਾਂ ਜਿਹਦੇ ਵੱਲੋਂ ਪੁਲਿਸ ਵਾਲੇ ਮੁੱਕਰ ਗਏ ਸਾਰੇ ਅਸੀਂ ਇੱਥੇ ਜਦੋਂ ਵਿਰੋਧ ਕਰਨ ਆਏ ਹਾਂ ਤਾਂ ਸਾਨੂੰ ਸਾਰਿਆਂ ਨੂੰ ਧੱਕੇ ਮਾਰ ਕੇ ਇੱਥੋਂ ਬਾਹਰ ਕੱਢਣ ਦੇ ਕਿ ਜਿਹੜੀ ਰਿਪੋਰਟ ਲਿਖੀ ਗਈ ਆ ਕਿਉਂਕਿ ਅਸੀਂ ਰਿਪੋਰਟ ਲਿਖਾਈ ਸੀ ਕੱਲ੍ਹ ਕਤਲ 'ਤੇ ਅਤੇ ਲਿਖੀ ਵੀ ਪੁਲਿਸ ਵਾਲੇ ਨੇ ਕਤਲ ਦੀ ਪੈਨ ਦੇ ਨਾਲ ਲਿਖਦੇ ਆ ਅਤੇ ਜਿਹੜੀ ਰਿਪੋਰਟ ਆ ਕੰਪਿਊਟਰ ਦੇ ਨਾਲ ਨਿਕਲ ਕੇ ਆਈ ਆ ਇਹਦੇ ਵਿੱਚ ਇਹ ਲਿਖਿਆ ਗਿਆ ਵਾ ਕਿ ਇਹਦੇ ਇਹ ਕੁੜੀ ਨੇ ਉਹਨੂੰ ਮਜਬੂਰ ਕੀਤਾ ਸੁਸਾਈਡ ਕਰਨ ਵਾਸਤੇ 306 ਦਾ ਪਰ ਜਦਕਿ ਪਰਚਾ 302 ਦਾ ਸੀ ਕਿ ਉਹਨੇ ਨਾਲ ਰਲ ਕੇ ਅਤੇ ਤਿੰਨ ਬੰਦੇ ਹੋਰ ਨਾਲ ਜਿਨ੍ਹਾਂ ਨੇ ਰਲ ਕੇ ਉਹਨਾਂ ਦਾ ਕਤਲ ਕੀਤਾ ਵਾ ਅਤੇ ਸਾਨੂੰ ਸਰਕਾਰ ਕੋਲ ਇਨਸਾਫ ਚਾਹੀਦਾ ਕਿ ਪੁਲਿਸ ਵਾਲਿਆਂ ਕੋਲ ਨਹੀਂ ਇਹਦੀ ਜਾਂਚ ਹੋਣੀ ਚਾਹੀਦੀ CBI ਜਾਂਚ ਕੋਈ ਚੰਗੇ ਅਫਸਰ ਜਾਂਚ ਕਰਨ ਕੋਈ ਉਹ ਅਫਸਰ ਨਹੀਂ ਜਿਹੜੇ ਪੈਸੇ ਲੈ ਕੇ ਆਪਣਾ ਘਰ ਭਰ ਲੈਂਦੇ ਆ ਅਤੇ ਵੱਡੀਆਂ ਵੱਡੀਆਂ ਕੋਠੀਆਂ ਪਾ ਲੈਂਦੇ ਸਾਡੇ ਵਰਗੇ ਗਰੀਬ ਲੋਕਾਂ ਦੇ ਬੱਚੇ ਨਿਆਣੇ ਮਰ ਜਾਂਦੇ ਆ ਅਤੇ ਜਿਹੜੇ ਚੰਗੇ ਲੋਕ ਪੈਸਾ ਦੇ ਕੇ ਫਿਰ ਪਿਛਾਂ ਹੋ ਜਾਂਦੇ ਆ ਅਤੇ ਕੀ ਗੱਲ ਅਸੀਂ ਇੱਦਾਂ ਹੀ ਚੱਲਦਾ ਰਹੂਗਾ ਇਹ ਮਹਾਰਾਜ ਮੇਰੀ ਸਾਡੀ ਭਗਵੰਤ ਮਾਨ ਨੂੰ ਇਹੋ ਅਪੀਲ ਆ ਕਿ ਜੇ ਤਾਂ ਤੁਸੀਂ ਵਾਕਈ ਕੋਈ ਚੰਗਾ ਤੁਹਾਡੇ ਮਨ 'ਚ ਹੈਗਾ ਤਾਂ ਸਾਨੂੰ ਇਨਸਾਫ ਹੋਣਾ ਚਾਹੀਦਾ ਵਾ ਕੀ ਆ ਤੁਹਾਡੀ ਸਰਕਾਰ ਇਸ ਕਰਕੇ ਨਹੀਂ ਵੋਟਾਂ ਪਾਈਆਂ ਸੀ ਤੁਹਾਨੂੰ ਕਿ ਤੁਸੀਂ ਸਾਨੂੰ ਅਸੀਂ ਕੱਲ੍ਹ ਨੂੰ ਸਾਡੇ ਅਸੀਂ ਆਪਣੇ ਬੱਚੇ ਮਰਵਾਈਏ ਇਹ ਰਾਮਨਗਰ 2 ਨੰਬਰ ਗਲੀ ਮੀਠੜ ਬਾਈਪਾਸ ਦੇ ਰਿਹਾ ਜੀ ਕੇਵਲ ਸਿੰਘ ਜਿਹੜਾ ਉਹ ਆਪਣੇ ਘਰੋਂ ਆਪਣੀ ਨਾਲ ਦੀ ਨਾਲ ਇੱਕ ਆਪਣੀ ਘਰ ਵਾਲੀ ਦੀ ਅਣਬਣ ਸੀ ਜਿਹਦੇ ਕਰਕੇ ਇੱਥੇ ਇੱਕ ਲੜਕੀ ਕਿਰਾਏ 'ਤੇ ਰਹਿੰਦੀ ਸ਼ਰਨਜੀਤ ਕੌਰ ਸ਼ਰਨਜੀਤ ਕੌਰ ਨਾਲ ਉਹਦਾ ਸੰਬੰਧ ਸੀਗੇ ਅਤੇ ਉਹਦੇ ਨਾਲ ਉਹ ਰਹਿ ਰਿਹਾ ਸੀ ਪਰ ਉਹ ਲੜਕੀ ਉਹਨੂੰ ਬਾਰ ਬਾਰ ਤੰਗ ਫੋਨ ਕਰਦੀ ਸੀ ਉਹ ਹੁਣ ਕਹਿੰਦੀ ਸੀ ਮੇਰੇ ਨਾਲ ਹੀ ਪੱਕਾ ਰਹਿ ਇਹ ਵਾਚਨ ਤੋਂ ਇਹ ਪਾਇਆ ਗਿਆ ਵੀ ਉਹ ਇਸੇ ਕਰਕੇ ਉਹਨੇ ਉਹ ਜਿਹੜੀ ਆ ਖਾ ਲੈ ਕੇ ਆਤਮਹੱਤਿਆ ਜਿਹੜੀ ਲੇਡੀ ਆ ਸ਼ਰਨਜੀਤ ਕੌਰ ਉਹਦੀ ਉਹਨੂੰ ਫੜ ਲਿਆ ਵਾ ਅਤੇ ਅਰੈਸਟ ਪਾ ਲਈ ਥੈਂਕਸ ਸਰ